ਬੱਚਿਓ ਅੱਜ ਦੀ BA 3rd ਸੈਮੈਸਟਰ ਦੀ ਵਰਚੁਅਲ ਕਲਾਸ 'ਚ ਤੁਹਾਡਾ ਸਵਾਗਤ ਹੈ ਅਸੀਂ ਸੈਂਟਰ ਸਟੇਟ ਰਿਲੇਸ਼ਨਸ ਵਾਲਾ ਜਿਹੜਾ ਚੈਪਟਰ ਹੈ ਉਹ ਕਰਦੇ ਪਏ ਹਾਂ ਤਾਂ ਇਹਦੇ ਵਿੱਚ ਅਸੀਂ ਐਡਮਿਨਿਸਟ੍ਰੇਟਿਵ ਰਿਲੇਸ਼ਨਸ ਲੈਜਿਸਲੇਟਿਵ ਰਿਲੇਸ਼ਨਸ ਅਤੇ ਫਾਈਨੈਂਸ਼ੀਅਲ ਰਿਲੇਸ਼ਨਸ ਜਿਹੜੇ ਆ ਉਹ ਮੈਂ ਕੱਲ੍ਹ ਤੁਹਾਨੂੰ ਵੀਡੀਓ ਪਾਇਆ ਸੀ ਅਤੇ ਕੱਲ੍ਹ ਮੈਂ ਲਾਈਵ ਕਲਾਸ ਵੀ ਲਈ ਸੀ ਅਤੇ ਉਹਦੇ ਵਿੱਚ ਜਿਹੜੇ ਆ ਬੱਚੇ ਮੈਨੂੰ ਨੇ ਕਿਹਾ ਕਿ ਸਾਨੂੰ ਜਿਹੜਾ ਹੈ ਫਾਈਨੈਂਸ਼ੀਅਲ ਰਿਲੇਸ਼ਨਸ ਵਾਲਾ ਜਿਹੜਾ ਟੌਪਿਕ ਹੈ ਉਹ ਇੱਕ ਵਾਰੀ ਜਿਹੜਾ ਹੈਗਾ ਫਿਰ ਤੋਂ ਜਿਹੜਾ ਹੈ ਸਮਝਾ ਦਿਓ ਸੋ ਜਿਹੜੀ ਤੁਹਾਡੀ ਲਾਈਵ ਕਲਾਸ ਲੱਗਣੀ ਆ ਅੱਜ 12 ਵਜੇ ਉਹਦੇ ਵਿੱਚ ਆਪਾਂ ਉਹ ਕਰਾਂਗੇ ਤਾਂ ਇਹਦੇ ਵਿੱਚ ਇਹ ਇਸੇ ਚੈਪਟਰ ਦੇ ਵਿੱਚ ਇੱਕ ਛੋਟਾ ਜਿਹਾ ਟੌਪਿਕ ਹੈਗਾ ਇੱਕ ਕਮਿਸ਼ਨ ਬਣਾਇਆ ਗਿਆ ਸੀ 1980 ਦੇ ਵਿੱਚ ਜਸਟਿਸ RS ਸਰਕਾਰੀਆ ਦੇ ਅਧੀਨ ਜਿਹਨੂੰ ਕਿ ਸਰਕਾਰੀਆ ਕਮਿਸ਼ਨ ਕਿਹਾ ਜਾਂਦਾ ਇਹਨੇ ਸੈਂਟਰ ਸਟੇਟ ਰਿਲੇਸ਼ਨ ਦੇ ਸੰਬੰਧ ਦੇ ਵਿੱਚ ਜਿਹੜੀ ਹੈ ਇੱਕ ਰਿਪੋਰਟ ਦਿੱਤੀ ਸੀਗੀ 1980 ਦੇ ਵਿੱਚ ਠੀਕ ਹੈ ਜੀ ਉਹਦੇ ਵਿੱਚ ਇਹਨੇ ਕਈ ਤਰ੍ਹਾਂ ਦੀਆਂ ਰਿਕਮੈਂਡੇਸ਼ਨਸ ਦਿੱਤੀਆਂ ਸੀ ਸੈਂਟਰਲ ਗਵਰਨਮੈਂਟ ਨੂੰ ਕਿ ਅਗਰ ਅਸੀਂ ਕੋਆਪਰੇਟਿਵ ਫੈਡਰਲਿਜ਼ਮ ਵੱਲ ਜਾਣਾ ਹੈ ਅਸੀਂ ਆਪਣੇ ਸੰਘੀ ਢਾਂਚੇ ਨੂੰ ਹੋਰ ਜ਼ਿਆਦਾ ਇਫੈਕਟਿਵ ਬਣਾਉਣਾ ਹੈ ਸਟੇਟਸ ਦੇ ਅਗਰ ਰੋਲ ਨੂੰ ਵਧਾਉਣਾ ਹੈ ਅਤੇ ਸਟੇਟ ਅਟੋਨਮੀ ਵੱਲ ਜਾਣਾ ਹੈ ਅਤੇ ਜਸਟਿਸ ਸਰਕਾਰੀਆਂ ਨੇ ਉਸ ਸੰਦਰਭ ਦੇ ਵਿੱਚ ਜਿਹੜੀਆਂ ਕੁਛ ਰਿਕਮੈਂਡੇਸ਼ਨਸ ਦਿੱਤੀਆਂ ਸੀ ਅੱਜ ਅਸੀਂ ਉਹ ਜਿਹੜੀਆਂ ਰਿਕਮੈਂਡੇਸ਼ਨਸ ਹੈਗੀਆਂ ਉਹ ਡਿਸਕਸ ਜਿਹੜੀਆਂ ਆਪਾਂ ਕਰਾਂਗੇ ਸੋ ਇੱਥੇ ਹੁਣ ਮੈਂ ਜਿੱਦਾਂ ਤੁਹਾਨੂੰ ਦੱਸ ਚੁੱਕਾ ਹੈ ਕਿ ਸੈਂਟਰਲ ਗਵਰਨਮੈਂਟ ਅਪੁਆਇੰਟਿਡ 3 ਮੈਂਬਰ ਕਮਿਸ਼ਨ ਇਨ 1983 ਔਨ ਸੈਂਟਰ ਸਟੇਟ ਰਿਲੇਸ਼ਨਸ਼ਿਪ ਅੰਡਰ ਦੀ ਚੇਅਰਮੈਨਸ਼ਿਪ ਆਫ ਜਸਟਿਸ RS ਸਰਕਾਰੀਆ ਤੇ ਰਿਟਾਇਰ ਜੱਜ ਆਫ ਸੁਪਰੀਮ ਕੋਰਟ ਦ ਕਮਿਸ਼ਨ ਸਬਮਿਟਿਡ ਇਟਸ ਰਿਪੋਰਟ ਇਨ 1987 247 ਰਿਕਮੈਂਡੇਸ਼ਨ ਸੀਗੀਆਂ 1987 ਦੇ ਵਿੱਚ ਜਿਹੜੀ ਇਹ ਰਿਪੋਰਟ ਹੈ ਉਹਨੂੰ ਜਿਹੜਾ ਸੀਗਾ ਇਹ ਮਤਲਬ ਕਿ ਪਬਲਿਕ ਜਿਹੜਾ ਸੀਗਾ ਕੀਤਾ ਗਿਆ ਸੀਗਾ ਸੋ ਉਹਨੇ ਜਿਹੜੀ ਇੰਪੋਰਟੈਂਟ ਗੱਲ ਕਹੀ ਕਿ ਉਹ ਜਿਹੜੇ ਸਟਰਕਚਰਲ ਚੇਂਜਿਸ ਹੈ ਉਹਦੇ ਫੇਵਰ 'ਚ ਨਹੀਂ ਸੀਗਾ ਐਗਜ਼ਿਸਟਿੰਗ ਜਿਹੜਾ ਕੌਨਸਟੀਟਿਊਸ਼ਨਲ ਸਟਰਕਚਰ ਹੈ ਔਰ ਅਰੇਂਜਮੈਂਟ ਹੈ ਉਹਦੇ ਵਿੱਚ ਜਿਹੜੀ ਸਰਕਾਰੀ ਹੈ ਕਮਿਸ਼ਨ ਸੀਗੀ ਉਹਨੇ ਸੈਂਟਰ ਸਟੇਟ ਰਿਲੇਸ਼ਨਸ ਨੂੰ ਰੀਡਿਫਾਈਨ ਕਰਨ ਦੀ ਕੋਸ਼ਿਸ਼ ਕੀਤੀ ਜਾਂ ਰਿਕਮੈਂਡੇਸ਼ਨਸ ਦਿੱਤੀਆਂ ਕਿ ਜਿਹੜਾ ਮੌਜੂਦਾ ਢਾਂਚਾ ਆ ਜਾਂ ਮੌਜੂਦਾ ਜਿਹੜਾ ਸੰਵਿਧਾਨਿਕ ਢਾਂਚਾ ਹੈ ਉਹਦੇ ਵਿੱਚ ਜਿਹੜੇ ਸੈਂਟਰ ਸਟੇਟ ਰਿਲੇਸ਼ਨਸ ਹੈਗੇ ਆ ਉਹਨਾਂ ਉੱਤੇ ਜਿਹੜਾ ਸੀਗਾ ਉਹਨੇ ਜਸਟਿਸ ਸਰਕਾਰੀਆਂ ਨੇ ਜਿਹੜੀ ਹੈ ਗੱਲ ਕੀਤੀ ਸੀ ਦੂਸਰੀ ਗੱਲ ਉਹਨੇ ਕਹੀ ਬੇਸਿਕਲੀ ਸਾਊਂਡ ਬਟ ਇਟ ਇੰਫਸਾਈਜ਼ਿਸ ਦ ਨੀਡ ਫਾਰ ਚੇਂਜ ਇਨ ਫੰਕਸ਼ਨਲ ਐਂਡ ਆਪਰੇਸ਼ਨਲ ਆਸਪੈਕਟ ਸਟਰਕਚਰਲ ਜਿਹੜਾ ਢਾਂਚਾਗਤ ਬਦਲਾਵ ਦੇ ਪੱਖ ਵਿੱਚ ਨਹੀਂ ਸੀ ਸਰਕਾਰੀ ਕਮਿਸ਼ਨ ਸੈਂਟਰ ਸਟੇਟ ਰਿਲੇਸ਼ਨਸ ਨੂੰ ਲੈ ਕੇ ਪਰ ਉਹ ਉਹਦੇ ਫੰਕਸ਼ਨਲ ਅਤੇ ਜਿਹੜਾ ਓਪਰੇਸ਼ਨਲ ਪਾਰਟ ਸੀਗਾ ਉਹਨੂੰ ਲੈ ਕੇ ਬਹੁਤ ਜਿਹੜਾ ਹੈ ਸੰਜੀਦਾ ਸੀਗਾ ਸਰਕਾਰੀ ਕਮਿਸ਼ਨ ਔਰ ਉਹਦੇ ਵਿੱਚ ਹੀ ਉਹਨਾਂ ਨੇ 247 ਜਿਹੜੀਆਂ ਸੀਗੀਆਂ ਰਿਕਮੈਂਡੇਸ਼ਨਸ ਜਿਹੜੀਆਂ ਸੀਗੀਆਂ ਜਸਟਿਸ RS ਸਰਕਾਰੀਆ ਦੇ ਕਮਿਸ਼ਨ ਨੇ ਦਿੱਤੀਆਂ ਔਰ ਉਹਨਾਂ ਨੇ ਕਿਹੜੀ ਚੀਜ਼ ਨੂੰ ਰਿਜੈਕਟ ਕੀਤਾ ਇਟ ਆਊਟਰਾਈਟਲੀ ਰਿਜੈਕਟਡ ਦੀ ਡਿਮਾਂਡ ਫੋਰ ਕਟੇਲਿੰਗ ਦੀ ਪਾਵਰਸ ਆਫ ਸੈਂਟਰ ਸਟੇਟਡ ਦੈਟ ਸਟਰੋਂਗ ਸੈਂਟਰ ਇਜ਼ ਅਸੈਂਸ਼ੀਅਲ ਟੂ ਸੇਫਗਾਰਡ ਨੈਸ਼ਨਲ ਯੂਨਿਟੀ ਐਂਡ ਇੰਟੀਗ੍ਰਿਟੀ ਹਾਊਐਵਰ ਇਟ ਅਬਜ਼ਰਵ ਦੈਟ ਓਵਰ ਸੈਂਟਰਲਾਈਜੇਸ਼ਨ ਇਜ਼ ਅਵੋਇਡੇਬਲ ਫਨੋਮੀਨਾ ਉਹ ਕਹਿੰਦਾ ਭਾਰਤ ਦੇ ਵਿੱਚ ਜਿਹੜੇ ਸਾਡੇ ਸੰਵਿਧਾਨ ਨਿਰਮਾਤਾ ਸੀਗੇ ਉਹਨਾਂ ਨੇ ਜਿਹੜੀ ਸਟਰੋਂਗ ਸੈਂਟਰ ਦੀ ਵਿਵਸਥਾ ਕੀਤੀ ਸੀ ਉਹ ਬਿਲਕੁਲ ਸਹੀ ਹੈ ਕਿਉਂਕਿ ਭਾਰਤ ਦੇ ਵਿੱਚ ਅਗਰ ਅਸੀਂ ਏਕਤਾ ਅਤੇ ਅਖੰਡਤਾ ਨੂੰ ਜਿਹੜਾ ਹੈ ਬਣਾ ਕੇ ਰੱਖਣਾ ਹੈ ਤਾਂ ਉਹਦੇ ਲਈ ਜਿਹੜਾ ਹੈਗਾ ਸੈਂਟਰ ਮਤਲਬ ਕਿ ਇਟ ਇਜ਼ ਅਸੈਂਸ਼ੀਅਲ ਦੈਟ ਭਾਰਤ ਦੇ ਵਿੱਚ ਜਿਹੜਾ ਸਟਰੋਂਗ ਸੈਂਟਰ ਦੀ ਵਿਵਸਥਾ ਜਿਹੜੀ ਹੈ ਉਹ ਹੋਵੇ ਪਰ ਉਹ ਕਹਿੰਦਾ ਕਿ ਸਾਨੂੰ ਜਿਹੜਾ ਜ਼ਿਆਦਾ ਕੇਂਦਰੀਕਰਨ ਹੈ ਜਾਂ ਅਧਿਕ ਕੇਂਦਰੀਕਰਨ ਹੈ ਉਹਨੂੰ ਅਵੋਇਡ ਜਿਹੜਾ ਕਰਨਾ ਚਾਹੀਦਾ ਹੁਣ ਇੰਪੋਰਟੈਂਟ ਰਿਕਮੈਂਡੇਸ਼ਨਸ ਕਿਹੜੀਆਂ ਕਿਹੜੀਆਂ ਸੀਗੀਆਂ ਇੰਪੋਰਟੈਂਟ ਰਿਕਮੈਂਡੇਸ਼ਨ ਸੀਗੀਆਂ ਪਰਮਾਨੈਂਟ ਇੰਟਰ ਸਟੇਟ ਕੌਂਸਲ ਕਾਲਡ ਅਪੋਨ ਇੰਟਰ ਗਵਰਨਮੈਂਟਲ ਕੌਂਸਲ ਸ਼ੁੱਡ ਬੀ ਸੈਟਅਪ ਮਤਲਬ ਇੰਟਰ ਸਟੇਟ ਕੌਂਸਲ ਜਿਹਦੇ ਵਿੱਚ ਵੱਖ ਵੱਖ ਰਾਜਾਂ ਦੇ ਸੰਬੰਧ ਦੇ ਵਿੱਚ ਜਿਹੜੇ ਕੇਂਦਰ ਅਗਰ ਇੱਕ ਰਾਜ ਜਾਂ ਦੋ ਰਾਜਾਂ ਦੇ ਵਿੱਚ ਘਰ ਝਗੜਾ ਪੈਦਾ ਹੁੰਦਾ ਹੈ ਜਾਂ 2 ਤੋਂ 4 ਰਾਜਾਂ ਦੇ ਵਿੱਚ ਘਰ ਝਗੜਾ ਪੈਦਾ ਹੁੰਦਾ ਉਹਨੂੰ ਸੁਲਝਾਉਣ ਵਾਸਤੇ ਇੰਟਰ ਸਟੇਟ ਕੌਂਸਲ ਜਿਹੜੀ ਹੈ ਉਹ ਬਣਾਈ ਜਾਵੇ ਕਿਹੜੀ ਧਾਰਾ ਦੇ ਅਧੀਨ 263 ਦੇ ਅਧੀਨ ਆਰਟੀਕਲ 356 ਦੇ ਸੰਬੰਧ ਦੇ ਵਿੱਚ ਬਹੁਤ ਇੰਪੋਰਟੈਂਟ ਗੱਲ ਕੀਤੀ ਸਰਕਾਰੀ ਕਮਿਸ਼ਨ ਨੇ ਉਹਨੇ ਕੀ ਕਿਹਾ
आर्टिकल 356 अंडर विच प्रेसिडेंट रूल शुड बी यूज्ड स्पेरिंगली इन एक्सट्रीम केसेस एट अ लास्ट रिजॉर्ट व्हेन ऑल द अवेलेबल ऑल्टरनेटिव फेल। उन 1980 का अगर दशक देखिए या उसको पहले का अगर असी गल करिए जिहड़ी धारा 356 है जिहदे अधीन किसी भी राज्य दे विच संविधानिक मशीनरी फेल होण ते राष्ट्रपति शासन लगाया जाता है। ठीक है जी, वो कहते कि इनू मिनिमम किया जाए क्योंकि पोलिटिकल पार्टीज नू इन्होंने अपने पोलिटिकल यूज वास्ते जो उसका यूज करना शुरू कर दिता सी। मैं तुहानू इत्थे उदाहरण दिंदा 1978 दे विच 1977 दे विच जदों पहली नॉन कांग्रेस गवर्नमेंट बनी स्टेट दे विच उन्हें जिहड़ियां नॉन जिथे कांग्रेस का राज सी जिन्हां प्रांतां दे विच उन्हां दीआं सरकारां नू बरखास्त कर। ठीक है, इसे तरह 1980 दे विच जदों इंदिरा गांधी की वापसी हुई सेंटर दे विच कांग्रेस गवर्नमेंट की उन्हें उस वेले जिहड़ियां ऑपोजिशन पार्टी दीआं राज्यां दे विच सरकारां सीआं उन्हों बरखास्त करता। नौ जिहड़ियां स्टेट गवर्नमेंट सीगियां उन्हें इंदिरा गांधी की सरकार ने बर्खास्त किया। सो इस करके उस दौरान 1983 दे विच इंदिरा गांधी ने ही क्योंकि इहदे उत्ते कॉन्ट्रोवर्सी बहुत ज्यादा वध रही सी 356 उत्ते और सेंटर स्टेट रिलेशनस नू जिहड़ी रीडिफाइन करन दी गल सी वह बहुत ज्यादा जिहड़ी सी बार बार की जा रही सी। सो उन्हों एड्रैस करने वास्ते इंदिरा गांधी की सरकार ने जो 1983 के एक रिटायर्ड जज से जस्टिस आर एस सरकारिया उन्होंने अधीन जो एक कमिशन का जोड़ा गठन किया। ठीक है, हूँ तीसरा पॉइंट ये है द इंस्टीट्यूशन ऑफ ऑल इंडिया सर्विसिज शुड बी फर्दर स्ट्रेंथन एंड सम मोर सर्विस शुड बी क्रिएटेड। कहिंदा जिहड़ियां ऑल इंडिया अखिल भारतीय सेवावां है उहदा जिहड़ा दर्जा है या उहदा जिहड़ा स्पीयर है उहनू वधाया जाए और नवीं सेवावां जिहड़ियां शुरू कीतियां जाण और उहनू जिहड़ा पहले एग्जिस्टिंग स्ट्रक्चर है उहनू ज़्यादा जिहड़ा हैगा स्ट्रोंग कीता जाए। द रेजोल्यूशनरी पावर ऑफ टैक्सेशन शुड बी कंटिन्यूड टू रिमेन विद पार्लीमेंट वाइल द अदर रेजोल्यूशनरी पावर शुड बी प्लेस्ड इन कॉन्करेंट लिस्ट। वो कहिंदा कि जिहड़ी बकाया शक्तियां है उहदे विच जिहड़ी कर लगाउण दी व्यवस्था है ਉਹ ਸਿਰਫ ਕੇਂਦਰੀ ਸਰਕਾਰ ਕੋਲ ਰਹਿਣੀ ਚਾਹੀਦੀ ਹੈ ਔਰ ਬਾਕੀ ਬਕਾਇਆ ਸ਼ਕਤੀਆਂ ਜਿਹੜੀਆਂ ਉਹਨਾਂ ਨੂੰ ਜਿਹੜਾ ਸਾਂਵਰਤੀ ਸੂਚੀ ਦੇ ਵਿੱਚ ਕੋਂਕਰੈਂਟ ਲਿਸਟ ਜਿਹਦੇ ਵਿੱਚ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦੋਨੋਂ ਕਾਨੂੰਨ ਬਣਾਉਂਦੀਆਂ ਉਹਨੂੰ ਜਿਹੜਾ ਉਹਦੇ ਵਿੱਚ ਰੱਖਣਾ ਚਾਹੀਦਾ। ਫਿਰ ਅਗਲਾ ਹੈਗਾ ਜੀ, ਅਗਲਾ ਪੁਆਇੰਟ ਇਹਦੇ ਵਿੱਚ ਹੈਗਾ ਵੈਨ ਪ੍ਰੈਜੀਡੈਂਟ ਵਿਦ ਹੋਲਡਸ ਹਿਸ ਐਕਸੈਂਟ ਟੂ ਦ ਸਟੇਟ ਬਿਲਸ ਦ ਰੀਜਨ ਸ਼ੁੱਡ ਬੀ ਕਮਿਊਨੀਕੇਟਡ ਟੂ ਸਟੇਟ ਗਵਰਨਮੈਂਟ। अगर प्रेजिडेंट किसी वजह के नाल राज्य विधान मंडल में प्रायर अपरूवल जो राष्ट्रपति का चाहिए बिल पास करवाने और वो बिल तद तक पास नहीं होंगे जब तक राष्ट्रपति साइन नहीं करता तो राष्ट्रपति जोड़ा है राज्य सरकार यह सूचना देनी चाहिए कि यह बिल में किस आधार उत्ते जोड़ा रिजेक्ट किया गया या किस आधार उत्ते पास नहीं किया गया। अगली जी रिकमेंडेशन सी The zonal council should be constituted afresh, reactivate to promote the spirit of federalism. ਜਿਹੜੀਆਂ ਜ਼ੋਨ ਵਾਈਜ਼ ਕੌਂਸਲਾਂ ਬਣਾਈਆਂ ਜਾਣੀਆਂ ਸੀਗੀਆਂ ਤਾਂ ਉਹਨਾਂ ਨੂੰ ਦੁਬਾਰਾ ਰੀਕੋਨਸਟੀਟਿਊਟ ਕਰਕੇ ਠੀਕ ਹੈ ਔਰ ਇੱਕ ਫੈਡਰਲ ਜਿਹੜਾ ਢਾਂਚੇ ਦੀ ਸਪਿਰਿਟ ਹੈ ਉਹਦੇ ਆਧਾਰ ਤੇ ਜਿਹੜਾ ਹੈ ਬਣਾਇਆ ਜਾਵੇ। ਫਿਰ ਸੈਂਟਰ ਸ਼ੁੱਡ ਹੈਵ ਪਾਵਰਸ ਟੂ ਡਿਪਲੋਏ ਇਟਸ ਆਰਮ ਫੋਰਸਿਸ ਈਵਨ ਵਿਦਆਊਟ ਕੰਸੈਂਟ ਆਫ ਸਟੇਟਸ How it is desirable that state should be consulted. ਜਦੋਂ ਕਿਸੇ ਵੀ ਰਾਜ ਦੇ ਵਿੱਚ ਕੇਂਦਰੀ ਬਲ ਭੇਜਣੇ ਹੈ ਉਹਦੇ ਵਿੱਚ ਜਿਹੜੀ ਰਾਜ ਸਰਕਾਰ ਹੈ ਉਹਦੇ ਨਾਲ ਸਲਾਹ ਮਸ਼ਵਰਾ ਕਰਕੇ ਜਿਹੜਾ ਹੈ ਕੇਂਦਰੀ ਬਲ ਭੇਜੇ ਜਾਣੇ ਚਾਹੀਦੇ। ਫਿਰ ਅਗਲਾ ਹੈ ਦਾ ਪ੍ਰੋਸੀਜਰ ਆਫ ਕੰਸਲਟਿੰਗ ਚੀਫ ਮਿਨਿਸਟਰ ਇਨ ਦ ਅਪੁਆਇੰਟਮੈਂਟ ਆਫ ਸਟੇਟ ਗਵਰਨਰ। ਜਿਹੜੇ ਵੀ ਰਾਜ ਦੇ ਵਿੱਚ ਗਵਰਨਰ ਦੀ ਨਿਯੁਕਤੀ ਕੀਤੀ ਜਾਣੀ ਹੈ ਉਸ ਰਾਜ ਦੇ ਵਿੱਚ ਉਸ ਰਾਜ ਦੇ ਮੁੱਖ ਮੰਤਰੀ ਦੇ ਨਾਲ ਵੀ ਸਲਾਹ ਕਰਨੀ ਚਾਹੀਦੀ ਹੈ ਕਿ ਕਿਹੜੇ ਵਿਅਕਤੀ ਨੂੰ ਜਿਹੜਾ ਹੈ ਕੇਂਦਰ ਸਰਕਾਰ ਦੀ ਮਨਜ਼ੂਰੀ ਦੇ ਨਾਲ ਰਾਸ਼ਟਰਪਤੀ ਜਿਹੜਾ ਹੈ ਗਵਰਨਰ ਲਗਾਏ। ਠੀਕ ਹੈ ਜੀ, ਫਿਰ ਗਵਰਨਰਸ ਟਾਈਮ ਆਫ 5 years ਇਨ ਦ ਸਟੇਟ ਸ਼ੁੱਡ ਨਾਟ ਬੀ ਡਿਸਟਰਪਟਿਡ ਐਕਸੈਪਟ ਫਾਰ ਐਕਸਟ੍ਰੀਮਲੀ ਕੰਪੈਲਿੰਗ ਰੀਜ਼ਨਸ। 5 ਸਾਲ ਦਾ ਟਨਿਓਰ ਹੁੰਦਾ ਜੀ ਗਵਰਨਰ ਦਾ, ਪਰ ਕਈ ਵਾਰੀ ਕੀ ਕੁਝ ਸਰਕਾਰਾਂ ਕੀ ਕਰਦੀਆਂ ਗਵਰਨਰ ਨੂੰ ਬਰਖਾਸਤ ਕਰ ਦਿੰਦੀਆਂ ਜਾਂ ਗਵਰਨਰ ਨੂੰ ਫੜ ਦਿੰਦੀਆਂ, ਉਹਦੇ ਲਈ ਰੀਜ਼ਨਸ ਵੀ ਨਹੀਂ ਦੱਸੇ ਜਾਂਦੇ। ਉਹਦੇ ਰੀਜ਼ਨਸ
ਆਟੋਮੈਟਿਕਲੀ ਪੋਲੀਟੀਕਲ ਜਿਹੜੇ ਆ ਉਹ ਹੁੰਦੇ ਆ, ਇਸ ਕਰਕੇ ਜਿਹੜੇ ਉਹ ਰੀਜ਼ਨਸ ਹੈਗੇ ਆ ਉਹ ਨਹੀਂ ਦੱਸੇ ਜਾਂਦੇ। ਠੀਕ ਹੈ, ਉਹ ਕਹਿੰਦੇ ਇੱਦਾਂ ਨਹੀਂ ਕਰਨਾ ਚਾਹੀਦਾ, ਅਗਰ ਕਰਨਾ ਹੀ ਹੈ ਤਾਂ ਬਹੁਤ ਜ਼ਰੂਰੀ ਸਰਕਮਸਟਾਂਸਿਸ ਦੇ ਵਿੱਚ ਜਿਹੜੀ ਇਹ ਗੱਲ ਜਿਹੜੀ ਹੈਗੀ ਹੈ ਉਹ ਕਰਨੀ ਚਾਹੀਦੀ। ਅੱਛਾ, ਫਿਰ ਉਸ ਤੋਂ ਬਾਅਦ ਹੈਗਾ ਜੀ, ਸਟੈਪ ਸ਼ੁੱਡ ਬੀ ਟੇਕਨ ਟੂ ਯੂਨੀਫਾਰਮਲੀ ਇੰਪਲੀਮੈਂਟ 3 ਲੈਂਗੁਏਜ ਫਾਰਮੂਲਾ ਇਨ ਇਟਸ ਟਰੂ ਸਪਿਰਿਟ। ਹੁਣ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਕਿ 1965 ਦੇ ਵਿੱਚ ਕੇਂਦਰ ਸਰਕਾਰ ਨੇ ਇੱਕ 18 ਕਮਿਸ਼ਨ ਦਾ ਗਠਨ ਕੀਤਾ ਸੀ, ਕਿਉਂਕਿ ਜਿਹੜੀਆਂ ਸਾਊਥ ਦੀਆਂ ਸਟੇਟ ਸੀਗੀਆਂ ਉਹ ਹਿੰਦੀ ਨੂੰ ਐਜ਼ ਅ ਰਾਸ਼ਟਰੀ ਲੈਂਗੁਏਜ ਸਵੀਕਾਰ ਕਰਨ ਦੇ ਵਿੱਚ ਹਿਚਕਚਾਉਂਦੀਆਂ ਸੀ ਜਾਂ ਉਹਨੂੰ ਸਵੀਕਾਰ ਨਹੀਂ ਕਰਨਾ ਚਾਹੁੰਦੀਆਂ ਸੀ। ਸੋ ਇਸ ਪਰਿਸਥਿਤੀ ਨਾਲ ਨਜਿੱਠਣ ਵਾਸਤੇ ਸਰਕਾਰ ਨੇ 18 ਕਮਿਸ਼ਨ ਦਾ ਗਠਨ ਕੀਤਾ, ਜਿਹਨੇ ਕੇਂਦਰ ਸਰਕਾਰ ਨੂੰ ਇੱਕ ਜਿਹੜਾ ਹੈ 3 ਲੈਂਗੁਏਜ ਫਾਰਮੂਲਾ ਸੁਝਾਇਆ, ਜਿਹਦੇ ਵਿੱਚ ਇੰਗਲਿਸ਼ ਜਿਹੜੀ ਹੈ ਐਜ਼ ਅ ਲਿੰਕ ਲੈਂਗੁਏਜ ਗੱਲ ਕਰੂਗੀ, ਜਿਹੜਾ ਸਰਕਾਰੀ ਕੰਮ ਹੈ ਪ੍ਰਾਂਤੀ ਪੱਧਰ ਉੱਤੇ ਉਹਨਾਂ ਦੀ ਜਿਹੜੀ ਮਦਰ ਟੰਗ ਹੈ ਉਹਦੇ ਵਿੱਚ ਜਿਹੜਾ ਹੈ ਹੋਊਗਾ। ਠੀਕ ਹੈ, ਸਮਝ ਗਏ। ਤੇ ਔਰ ਜਿਹੜੀ ਹਿੰਦੀ ਹੈ, ਹਿੰਦੀ ਨੂੰ ਇੱਕ ਰਾਸ਼ਟਰੀ ਭਾਸ਼ਾ ਦਾ ਜਿਹੜਾ ਹੈ ਜਿਹੜਾ ਦਰਜਾ ਉਹ ਅਸੀਂ ਦਿੱਤਾ। ਠੀਕ ਹੈ ਜੀ, ਉਹ ਉਸ 3 ਲੈਂਗੁਏਜ ਫਾਰਮੂਲੇ ਨੂੰ ਜਿਹੜਾ ਹੈ ਸਹੀ ਤਰ੍ਹਾਂ ਨਾਲ ਲਾਗੂ ਜਿਹੜਾ ਹੈ ਕੀਤਾ ਜਾਵੇ। ਨੋ ਆਟੋਨਮੀ ਫਾਰ ਰੇਡੀਓ ਐਂਡ ਟੈਲੀਵਿਜ਼ਨ ਬਟ ਡੀਸੈਂਟਰਲਾਈਜੇਸ਼ਨ ਓਪਰੇਸ਼ਨ। ਜਿਹੜਾ ਰੇਡੀਓ ਟੈਲੀਵਿਜ਼ਨ ਮੀਡੀਆ ਉਹਨੂੰ ਜਿਹੜਾ ਹੈ ਫਰੀਡਮ ਮਿਲਣਾ ਚਾਹੀਦਾ ਹੈ। ਫਿਰ ਕਮਿਸ਼ਨਰ ਫਾਰ ਲਿੰਗਵਿਸਟਿਕ ਮਨੋਰਿਟੀ ਸ਼ੁੱਡ ਬੀ ਐਕਟੀਵੇਟਿਡ। ਫਿਰ ਅਗਲੀ ਰਿਕਮੈਂਡੇਸ਼ਨ ਸੀ, ਨੋ ਚੇਂਜ ਇਨ ਦੀ ਰੋਲ ਆਫ ਰਾਜ ਸਭਾ ਐਂਡ ਸੈਂਟਰਸ ਪਾਵਰ ਟੂ ਆਰਗਨਾਈਜ਼ ਸਟੇਟਸ। ਠੀਕ ਹੈ, ਰਾਜ ਸਭਾ ਸੈਂਟਰ ਤੋਂ ਪਾਵਰ ਟੂ ਰੀਆਰਗਨਾਈਜ਼ ਸਟੇਟ, ਜਿਹੜੇ ਜਦੋਂ ਸਟੇਟ ਦੀ ਰੀਲੋਕੇਸ਼ਨ ਹੋਣੀ ਹੈ ਜਾਂ ਸਟੇਟ ਦੀਆਂ ਜਿਹੜੀਆਂ ਹੱਦਾਂ ਆ ਉਹ ਬਦਲੀਆਂ ਜਾਣੀਆਂ, ਉਹਦੇ ਵਿੱਚ ਕਹਿੰਦੇ ਆ ਕਿ ਰਾਜ ਸਭਾ ਨੂੰ ਵੀ ਜਿਹੜਾ ਹੈਗਾ ਕੰਸਲਟ ਜਿਹੜਾ ਹੈ ਕੀਤਾ ਜਾਵੇ। ਫਿਰ ਅਗਲੀ ਜਿਹੜੀ ਰਿਕਮੈਂਡੇਸ਼ਨ ਹੈ ਸਰਕਾਰੀ ਕਮਿਸ਼ਨ ਦੀ ਉਹ ਹੈਗੀ ਹੈ ਇੰਪੋਰਟੈਂਟ, ਟਿਲ ਦਸੰਬਰ 2007 ਦੀ ਸੈਂਟਰਲ ਗਵਰਨਮੈਂਟ ਇੰਪਲੀਮੈਂਟਡ 179 ਆਊਟ ਆਫ 247 ਰਿਕਮੈਂਡੇਸ਼ਨ ਆਫ ਸਰਕਾਰੀਆ ਕਮਿਸ਼ਨ। ਠੀਕ ਹੈ ਜੀ, 247 ਟੋਟਲ ਰਿਕਮੈਂਡੇਸ਼ਨ ਦਿੱਤੀਆਂ ਸੀ, ਜਿਹਦੇ ਵਿੱਚੋਂ ਕੇਂਦਰ ਸਰਕਾਰ ਨੇ 180 ਦੇ ਕਰੀਬ ਜਿਹੜੀਆਂ ਰਿਕਮੈਂਡੇਸ਼ਨ ਸੀਗੀਆਂ ਉਹਨੂੰ ਲਾਗੂ। ਸੋ ਮੈਂ ਅੱਜ ਦੀ ਆਪਣੀ ਜਿਹੜੀ ਵਰਚੁਅਲ ਇੱਕ ਹੋਰ ਕਮਿਸ਼ਨ ਬਣਿਆ ਸੀਗਾ ਉਹਦੇ 'ਤੇ ਵੀ ਆਪਾਂ ਡਿਸਕਸ਼ਨ ਕਰ ਲੈਂਦੇ ਹਾਂ। MM ਪੁੰਛੀ ਕਮਿਸ਼ਨ, ਇਹ ਕਮਿਸ਼ਨ ਦਾ ਗਠਨ ਕੀਤਾ ਗਿਆ ਸੈਂਟਰ ਸਟੇਟ ਰਿਲੇਸ਼ਨਸ ਨੂੰ ਵੀ ਰਿਵਿਊ ਕਰਨ ਵਾਸਤੇ। 2007 ਦੇ ਵਿੱਚ ਕਮਿਸ਼ਨ ਔਨ ਸੈਂਟਰ ਸਟੇਟ ਰਿਲੇਸ਼ਨ ਵਾਸ ਫਾਰਮਡ ਅੰਡਰ ਦੀ ਚੇਅਰਮੈਨ ਆਫ ਮਦਨ ਮੋਹਨ ਪੁੰਛੀ, ਦੀ ਫਾਰਮਰ ਚੀਫ ਜਸਟਿਸ ਆਫ ਇੰਡੀਆ। ਇਹ ਜਿਹੜੇ ਸੁਪਰੀਮ ਕੋਰਟ ਦੇ ਮੁੱਖ ਨਿਆਂਧੀਸ਼ ਸੀਗੇ ਰਿਟਾਇਰਡ, ਉਹਨਾਂ ਨੂੰ ਇਸ ਕਮਿਸ਼ਨ ਦਾ ਜਿਹੜਾ ਸੀਗਾ ਅਧਿਕਸ਼ ਲਗਾਇਆ ਗਿਆ। ਦ ਕਮਿਸ਼ਨ ਪ੍ਰਜੈਂਟਡ ਇਟਸ 7 ਵਾਲੀਅਮ ਰਿਪੋਰਟ ਟੂ ਦੀ ਗਵਰਨਮੈਂਟ ਔਨ ਮਾਰਚ 30, 2010। ਹੁਣ ਇਸ ਦੌਰਾਨ ਸਰਕਾਰ ਜਦੋਂ ਕਮਿਸ਼ਨ ਬਣਿਆ ਉਦੋਂ ਮਨਮੋਹਨ ਸਿੰਘ ਦੀ ਜੀ ਸਰਕਾਰ ਚੱਲ ਰਹੀ ਸੀ ਕੇਂਦਰ ਦੇ ਵਿੱਚ, ਕਾਂਗਰਸ ਦੀ ਸਰਕਾਰ ਸੀ, ਇਹਨਾਂ ਨੇ ਹੀ ਇੱਕ ਕਮਿਸ਼ਨ ਜਿਹੜਾ ਸੀਗਾ ਉਹ ਬਿਠਾਇਆ ਸੀ। ਮਤਲਬ 30 ਮਾਰਚ 2010 ਨੂੰ ਇਹਨੇ ਆਪਣੀ ਰਿਪੋਰਟ ਜਿਹੜੀ ਸੀ ਪੇਸ਼ ਕੀਤੀ। ਫਿਰ ਉਸ ਤੋਂ ਬਾਅਦ ਵਾਲੀਅਮ 2 ਵਿੱਚ ਗੋਜ ਇਨ ਟੂ ਕੰਸਟੀਟਿਊਸ਼ਨਲ ਸਕੀਮਸ ਆਫ ਸੈਂਟਰ ਸਟੇਟ ਰਿਲੇਸ਼ਨ ਇਸ ਇੰਪੋਰਟੈਂਟ। ਅੱਛਾ, ਇੰਪੋਰਟੈਂਟ ਰਿਕਮੈਂਡੇਸ਼ਨ ਕਿਹੜੀਆਂ ਸੀਗੀਆਂ ਪੁੰਛੀ ਕਮਿਸ਼ਨ ਦੀਆਂ? ਔਨ ਦੀ ਕੰਸਲਟੇਸ਼ਨ ਵਿਦ ਦੀ ਸਟੇਟਸ ਵਾਇਲ ਲੈਜਿਸਲੇਟਿੰਗ ਔਨ ਦਾ ਮੈਟਰਸ ਇਨ ਕੋਂਕਰੈਂਟ ਬੇਸ। ਕਹਿੰਦੇ ਕਿ ਅਗਰ ਸਾਮਵਰਤੀ ਸੂਚੀ ਦੇ ਵਿੱਚ ਕੋਈ ਬਦਲਾਅ ਕਰਨਾ ਹੈ ਜਾਂ ਅਮੈਂਡਮੈਂਟ ਕਰਨੀ ਹੈ ਜਾਂ ਸੋਧ ਕਰਨੀ ਹੈ ਤਾਂ ਉਸ ਕੇਸ ਦੇ ਵਿੱਚ ਜਿਹੜਾ ਹੈ ਰਾਜ ਸਰਕਾਰਾਂ ਦੇ ਨਾਲ ਸਰਵਸੰਮਤੀ ਦੇ ਨਾਲ ਜਾਂ ਰਾਜ ਸਭਾ ਨੂੰ ਕੰਸਲਟ ਕਰਕੇ ਉਹ ਜਿਹੜਾ ਕੰਮ ਜਿਹੜਾ ਹੈ ਉਹ ਸਾਨੂੰ ਜਿਹੜਾ ਕਰਨਾ ਚਾਹੀਦਾ। ਠੀਕ ਹੈ ਜੀ, ਉਸ ਤੋਂ ਬਾਅਦ ਦ ਐਗਜ਼ਿਸਟਿੰਗ ਅਰੇਂਜਮੈਂਟਸ ਇਨ ਰਿਗਾਰਡ ਰਿਕੁਆਇਰ ਇੰਸਟੀਟਿਊਸ਼ਨਲਾਈਜੇਸ਼ਨ ਥਰੂ ਇੰਟਰ ਸਟੇਟ ਕੌਂਸਲ। ਇਹ ਆਪਾਂ ਕਿੱਦਾਂ ਕਰਾਂਗੇ? ਜਿਹੜੀ ਅੰਤਰਰਾਜੀ ਪਰਿਸ਼ਦ ਬਣੀ ਹੈ, ਠੀਕ ਹੈ, ਉਹਦੇ ਥਰੂ ਇੱਦਾਂ ਦੇ ਜਿਹੜੇ ਆ ਅਰੇਂਜਮੈਂਟ ਜਿਹੜੇ ਆ ਇੱਦਾਂ ਦੀ ਵਿਵਸਥਾ ਜਿਹੜੀ ਹੈ ਕੀਤੀ ਜਾਵੇ। ਫਿਰ ਇੱਕ ਹੋਰ ਰਿਕਮੈਂਡੇਸ਼ਨ ਸੀਗੀ ਇਹਦੀ ਅਗਲੀ,
The council, if found it necessary, may use independent mechanism like a committee of ministers to trash out the contentious issues in the bill so that there is a measure of support among the states for administrative physical arrangements of the bill ultimately proposed to the parliament. ठीक है जी, अगर किसी स्टेट नू लैके बिल जिहड़ा है अंतरराज्यीय परिषद दे विच आंदा है, अगर उहदे उत्ते कोई विवाद है तां एक कमेटी ऑफ जिहड़ी मिनिस्टर्स है वह बनानी चाहीदी है, जिहड़े कि उस बिल दे विच जिहड़े जिहड़े विवाद दे मुद्दे है उन्हां उत्ते चर्चा करे अते उन्हां नू दूर करन दी जिहड़ी है वो कोशिश करे। ठीक है, और फिर दोबारा बिल जिहड़ा है ठीक ठाक करके दोबारा जो है उस संसद में भेजा जाए। इट वॉज अ वेरी गुड जो मतलब जेस्टर और तुसी कह लो कि मैयर दैट कुड क्रिएट हार्मनी बिटवीन वन स्टेट एंड अनदर स्टेट। इट इज इंपॉर्टेंट दैट रिकॉर्ड्स एंड प्रोसीडिंग्स इन द काउंसिल एंड कमेटी including the views of state are available to the parliament. ਜਿਹੜੀ ਵੀ ਉਸ ਬਿੱਲ ਦੇ ਸੰਬੰਧ ਦੇ ਵਿੱਚ ਚਰਚਾ ਹੋਈ ਹੈ, ਜਿਹੜੀਆਂ ਵੀ ਉਹਦੀਆਂ ਗਤੀਵਿਧੀਆਂ ਚੱਲੀਆਂ, ਠੀਕ ਹੈ, ਔਰ ਜਿਹੜੇ ਵੀ ਵਿਚਾਰ ਰਾਜਾਂ ਦੁਆਰਾ ਜਾਂ ਹੋਰ ਕਿਸੇ ਦੁਆਰਾ ਰੱਖੇ ਗਏ ਹੈ, ਉਹ ਸਾਰੀ ਜਿਹੜੀ ਵਿਵਸਥਾ ਹੈ ਉਹ ਪਾਰਲੀਮੈਂਟ ਨੂੰ ਮਿਲਣੀ ਚਾਹੀਦੀ, ਮਤਲਬ ਪਾਰਲੀਮੈਂਟ ਨੂੰ ਉਹ ਸਾਰੀ ਕਾਰਵਾਈ ਜਿਹੜੀ ਹੈ ਉਹ ਭੇਜੀ ਜਾਣੀ ਚਾਹੀਦੀ। ਵਾਈਲ ਇੰਟਰਡਿਊਸਿੰਗ ਬਿੱਲ ਔਨ ਕੋਂਕਰੰਟ ਸਬਜੈਕਟ, ਜਿਹੜੇ ਬਿੱਲ ਸਾਮਰਥੀ ਸੂਚੀ ਦੇ ਵਿੱਚ ਹੈ ਉਹਦੇ ਸੰਬੰਧ ਦੇ ਵਿੱਚ ਹੀ ਸਾਰੀਆਂ ਜਿਹੜੀਆਂ ਕੰਸਲਟੇਸ਼ਨ ਹੈਗੀਆਂ। ਉੱਪਰ ਲਿਖਿਆ ਨਾ ਔਨ ਕੰਸਲਟੇਸ਼ਨ ਆਫ ਸਟੇਟਸ ਵਾਈਲ ਲੈਜਿਸਲੇਟਿੰਗ ਔਨ ਦੀ ਮੈਟਰਸ ਆਫ ਕੋਂਕਰੰਟ। ਅੱਛਾ, ਫਿਰ ਪੁੰਛੀ ਕਮਿਸ਼ਨ ਨੇ ਇੱਕ ਹੋਰ ਸੈਟ ਆਫ ਰਿਕਮੈਂਡੇਸ਼ਨ ਦਿੱਤੀਆਂ ਔਨ ਬਿੱਲਸ ਰਿਜ਼ਰਵ ਫੋਰ consideration of president. Article 201 empowers the president to assent or withhold assent to a bill reserved by a governor for president's meeting. ਠੀਕ ਹੈ ਜੀ, ਉਹ ਕਹਿੰਦਾ ਕਿ ਧਾਰਾ 201 ਦੇ ਵਿੱਚ ਪ੍ਰੈਜੀਡੈਂਟ ਨੂੰ ਇਸ ਗੱਲ ਲਈ ਇੰਪਾਵਰ ਕੀਤਾ ਜਾਂਦਾ ਕਿ ਉਹ ਜਿਹੜਾ ਹੈਗਾ ਜਿਨ੍ਹਾਂ ਬਿੱਲ ਉੱਤੇ ਪਹਿਲੇ ਅਸੀਂ ਸਹਿਮਤੀ ਲੈਣੀ ਹੈ ਰਾਸ਼ਟਰਪਤੀ ਦੀ, ਠੀਕ ਹੈ, ਉਹ ਸਹਿਮਤੀ ਲੈਣ ਤੋਂ ਪਹਿਲਾਂ ਉਹ ਬਿੱਲ ਗਵਰਨਰ ਕੋਲ ਜਦੋਂ ਜਾਂਦਾ ਹੈ ਗਵਰਨਰ ਹੀ ਉਹਦੇ ਉੱਤੇ ਕਾਰਵਾਈ ਜਿਹੜੀ ਹੈ ਕਰ ਲਵੇ। ਸਟੇਟਸ ਹੈਵ ਐਕਸਪ੍ਰੈਸਡ ਕੰਸਰਨ ਓਵਰ ਦ ਬਿੱਲਸ ਸੋ ਸਬਮਿਟਿਡ ਸਮਟਾਈਮਸ ਇਨਡੈਫੀਨਿਟਲੀ ਰਿਟੇਨਡ ਐਟ ਸੈਂਟਰਲ ਲੈਵਲ ਈਵਨ ਬਿਯੋਂਡ ਦੀ ਲਾਈਫ ਆਫ ਸਟੇਟ ਲੈਜਿਸਲੇਚਰ। ਠੀਕ ਹੈ ਜੀ, ਦੇਅਰਫੋਰ ਪ੍ਰੈਜ਼ੀਡੈਂਟ ਸ਼ੁੱਡ ਬੀ, ਇਹ ਕੁਛ ਰਿਕਮੈਂਡੇਸ਼ਨ ਔਨ ਟ੍ਰੀਟੀ ਮੇਕਿੰਗ ਪਾਵਰਸ ਤੇ ਉਹਨਾਂ ਨੇ ਆਰਟੀਕਲ 253 ਦੇ ਵਿੱਚ ਜਿਹੜੀ ਇਹ ਵਿਵਸਥਾ ਜਿਹੜੀ ਸੀ ਉਹ ਕੀਤੀ, ਇਹਦੇ 'ਤੇ ਵੀ ਰਿਕਮੈਂਡੇਸ਼ਨਸ ਜਿਹੜੀਆਂ ਦਿੱਤੀਆਂ। ਸਾਡੇ ਲਈ ਜ਼ਿਆਦਾ ਇੰਪੋਰਟੈਂਟ ਸਰਕਾਰੀ ਹੈ ਕਮਿਸ਼ਨ ਹੈ। ਫਿਰ ਔਨ ਅਪੁਆਇੰਟਮੈਂਟ ਆਫ ਰਿਮੂਵਲ ਆਫ ਗਵਰਨਰਸ, ਇਹ ਕੀ ਕਹਿੰਦੇ ਬਹੁਤ ਇੰਪੋਰਟੈਂਟ ਪੁਆਇੰਟ ਹੈ, ਦ ਕਮਿਸ਼ਨ ਰਿਕਮੈਂਡਡ ਫੋਲੋਇੰਗ ਕੁਆਲੀਫਿਕੇਸ਼ਨ ਫੋਰ ਅ ਗਵਰਨਰ, ਇਹ ਸ਼ੁੱਡ ਬੀ ਐਮੀਨੈਂਟ ਇਨ ਸਮ ਵਾਕ ਆਫ ਲਾਈਫ, ਇਹ ਸ਼ੁੱਡ ਬੀ ਅ ਪਰਸਨ from outside the state, he should not detach the figure. ਉਹਦੀਆਂ ਕੁਆਲੀਫਿਕੇਸ਼ਨਸ ਕੀ ਹੋਣੀਆਂ ਚਾਹੀਦੀਆਂ, ਉਹ ਐਮੀਨੈਂਟ ਫਿਗਰ ਹੋਣੀ ਚਾਹੀਦੀ, ਠੀਕ ਹੈ ਜੀ, ਔਰ ਉਹ ਦੂਸਰੀ ਰਾਜ 'ਚ ਹੋਣਾ ਚਾਹੀਦਾ, ਉਸ ਰਾਜ 'ਚ ਨਹੀਂ ਹੋਣਾ ਚਾਹੀਦਾ, ਉਹ ਜਿਹੜੀ ਲੋਕਲ ਰਾਜਨੀਤੀ ਹੈ ਉਹਦੇ ਨਾਲ ਜੁੜਿਆ ਨਹੀਂ ਹੋਣਾ ਚਾਹੀਦਾ, ਪੋਲੀਟੀਕਲ ਬੰਦਾ ਨਹੀਂ ਹੋਣਾ ਚਾਹੀਦਾ, ਉਹਨੂੰ ਹੀ ਸ਼ੁੱਡ ਬੀ ਅ ਪਰਸਨ ਹੂ ਹੈਜ਼ ਟੇਕਨ ਟੂ ਗ੍ਰੇਟ ਪਾਰਟ ਇਨ ਪੋਲੀਟਿਕਸ ਜਨਰਲੀ ਪਰਟੀਕੁਲਰ ਇਨ ਰੀਸੈਂਟ ਪਾਸਟ। ਠੀਕ ਹੈ ਜੀ, ਉਹਨੇ ਪਾਸਟ ਦੇ ਵਿੱਚ ਰਾਜਨੀਤੀ ਦੇ ਵਿੱਚ ਸ਼ਾਮਿਲ ਨਹੀਂ ਹੋਣਾ ਚਾਹੀਦਾ, ਉਹ ਮੈਂਬਰ ਨਹੀਂ ਹੋਣਾ ਚਾਹੀਦਾ ਕਿਸੇ ਵੀ ਵਿਧਾਨ ਸਭਾ ਦਾ ਜਾਂ ਪਾਰਲੀਮੈਂਟ ਦਾ। ਠੀਕ ਹੈ, ਗਵਰਨਰ ਸ਼ੁੱਡ ਬੀ ਫਿਕਸ ਟਨਿਓਰ ਆਫ 5 years ਐਂਡ ਦੇ ਰਿਮੂਵਲ ਸ਼ੁੱਡ ਬੀ ਐਟ ਦੀ ਵਿਲ ਆਫ ਦੀ ਸੈਂਟਰ, ਸ਼ੁੱਡ ਨਾਟ ਬੀ ਐਟ ਦੀ ਵਿਲ ਆਫ ਦੀ ਸੈਂਟਰ। ਜਿਹੜਾ ਗਵਰਨਰ ਦਾ ਟਨਿਓਰ ਹੈ ਉਹਨੂੰ 5 ਸਾਲ ਤੱਕ ਫਿਕਸ ਕਰਨਾ ਚਾਹੀਦਾ ਹੈ, ਔਰ ਉਹਨੂੰ ਰਿਮੂਵ ਕਰਨ ਦੀ ਪਾਵਰ ਜਿਹੜੀ ਹੈ ਉਹ ਸੈਂਟਰ ਕੋਲ ਨਹੀਂ ਹੋਣੀ ਚਾਹੀਦੀ। ਠੀਕ ਹੈ ਜੀ, ਇਹ ਕੁਛ ਜਿਹੜੀਆਂ ਸੀਗੀਆਂ ਉਹ ਪੁੰਛੀ ਕਮਿਸ਼ਨ ਨੇ ਜਿਹੜੀਆਂ ਰਿਕਮੈਂਡੇਸ਼ਨ ਸੀਗੀਆਂ ਉਹ ਦਿੱਤੀਆਂ ਸੀ। ਸੋ ਮੈਂ ਅੱਜ ਦਾ ਤੁਹਾਡਾ ਇਹ ਵੀਡੀਓ ਲੈਕਚਰ ਜਿਹੜਾ ਹੈ ਉਹ ਖਤਮ ਕਰਦਾ ਹਾਂ।
ये ध्यान नाल जिहड़ा है सुन लियो, अगर इहदे चों भी कुछ नहीं समझ आएगा तो मैं तुहानूं दोबारा जिहड़ा है दस देवांगा लाइव क्लास के विच। ठीक है जी, थैंक यू फॉर अटेंडिंग दिस लेक्चर।